हेलो एवरीवन, रिसेंटली IRCC ने जो PGWP फ्लैग पोलिंग प्रोसैस के थ्रू इशू हो जाते सीगे उस प्रोसैसिस नूं बंद कर दिता एंड हुण जो पोस्ट ग्रैजुएट वर्क परमिट दी एप्लीकेशनस हैगियां वो सिर्फ ऑनलाइन पोर्टल थ्रू ही सबमिट होंगे। सो पहला एप्लीकेंट्स जो अपनी स्टडीज़ कंप्लीट कर लेंदे सीगे वो US एंड कैनेडा के बॉर्डर से जाते सी, उत्थे CBSA ऑफिसर नूं अपने वर्क परमिट लई रिक्वेस्ट करते सीगे। ऑफिसर ਉਹਨਾਂ ਦੀ ਜੋ ਐਲੀਜੀਬਿਲਟੀ ਰਿਕੁਆਇਰਮੈਂਟ ਸੀਗੇ ਉਸ ਨੂੰ ਰਿਵਿਊ ਕਰਦੇ ਸੀ, ਸਪੋਰਟਿੰਗ ਡਾਕੂਮੈਂਟਸ ਰਿਵਿਊ ਕਰਦੇ ਸੀ ਐਂਡ ਆਫਟਰ ਅ ਲੈਂਥੀ ਪ੍ਰੋਸੈਸ ਉਹ ਸਾਰੇ ਡਾਕੂਮੈਂਟਸ ਰਿਵਿਊ ਕਰਕੇ ਉਹਨਾਂ ਨੂੰ ਔਨ ਦ ਸਪੋਟ ਵਰਕ ਪਰਮਿਟ ਇਸ਼ੂ ਕਰ ਦਿੰਦੇ ਸੀ। ਬਟ ਜੋ ਇਹ ਸਾਰਾ ਪ੍ਰੋਸੈਸ ਸੀ ਇਹ ਕਾਫੀ ਟਾਈਮ ਕੰਜ਼ਿਊਮਿੰਗ ਸੀਗਾ, ਇਸ ਕਰਕੇ IRCC ਨੇ ਇਸ ਨੂੰ ਕੰਸੀਡਰੇਸ਼ਨ ਦੇ ਵਿੱਚ ਲਿਆਂਦਾ, ਕਿਉਂਕਿ ਉਹਨਾਂ ਦਾ ਮੰਨਣਾ ਕਿ ਕਾਫੀ ਰਿਸੋਰਸਿਸ ਯੂਜ਼ ਹੁੰਦੇ ਆ ਜਦੋਂ ਕੋਈ ਵੀ ਐਪਲੀਕੈਂਟ PGWP ਦੇ ਲਈ ਫਲੈਗ ਪੋਲਿੰਗ ਪ੍ਰੋਸੈਸ ਦੇ ਥਰੂ ਬਾਰਡਰ 'ਤੇ ਜਾਂਦਾ ਗਾ। ਸੋ ਲਾਸਟ ਈਅਰ ਦੇ ਵਿੱਚ ਆਲਮੋਸਟ 20% ਐਪਲੀਕੈਂਟਸ ਨੇ ਆਪਣੇ ਜੋ PGWP ਦੇ ਵਰਕ ਪਰਮਿਟ ਸੀਗੇ ਉਹ ਫਲੈਗ ਪੋਲਿੰਗ ਪ੍ਰੋਸੈਸ ਦੇ ਥਰੂ ਇਸ਼ੂ ਕਰਵਾਏ ਸੀਗੇ। ਸੋ ਹੁਣ ਤੋਂ ਜੋ ਇਹ ਪ੍ਰੋਸੈਸਿਸ ਆ ਇਹ ਸਿਰਫ ਔਨਲਾਈਨ ਪੋਰਟਲ ਥਰੂ ਹੀ ਸਬਮਿਟ ਹੋਣਗੇ, ਬਟ ਔਨ ਦਾ ਅਦਰ ਹੈਂਡ ਐਜ਼ ਪਰ ਦਾ ਅਪਡੇਟਸ ਬਾਕੀ ਜੋ ਵਰਕ ਪਰਮਿਟਸ ਆ ਉਹ ਸਟਿਲ ਹਜੇ ਫਲੈਗ ਪੋਲਿੰਗ ਪ੍ਰੋਸੈਸਿਸ ਦੇ ਥਰੂ ਇਸ਼ੂ ਹੋ ਸਕਦੇ ਆ। ਸੋ ਜੇ ਤੁਸੀਂ ਆਪਣੇ ਕਲੋਜੈਸਟ ਕੈਨੇਡਾ US ਬਾਰਡਰ 'ਤੇ ਜਾਂਦੇ ਹੋ ਸਰਵਿਸਿਸ ਲੈਣ ਦੇ ਲਈ, ਸੋ ਮੇਕ ਸ਼ੋਰ ਤੁਸੀਂ ਬਾਰਡਰ ਦੀ ਸਰਵਿਸਿਸ ਦੀਆਂ ਟਾਈਮਿੰਗਸ ਜ਼ਰੂਰ ਚੈੱਕ ਕਰੋ, ਕਿਉਂਕਿ ਹਰ ਬਾਰਡਰ ਦੀਆਂ ਡਿਫਰੈਂਟ ਸਰਵਿਸਿਸ ਆ ਐਂਡ ਡਿਫਰੈਂਟ ਟਾਈਮਿੰਗਸ ਆ ਐਂਡ ਈਵਨ ਹੋ ਸਕਦਾ ਜਦੋਂ ਤੁਸੀਂ ਉੱਥੇ ਜਾਓ ਤਾਂ ਸੇਮ ਡੇ ਤੁਹਾਨੂੰ ਸਰਵਿਸਿਸ ਨਾ ਪ੍ਰੋਵਾਈਡ ਕੀਤੀਆਂ ਜਾਣ ਤਾਂ ਤੁਹਾਨੂੰ ਅਪੋਇੰਟਮੈਂਟ ਵੀ ਦਿੱਤੀ ਜਾ ਸਕਦੀ ਹੈ ਫਿਊਚਰ ਨੀਅਰ ਡੇਟਸ ਦੀ। ਸੋ ਤੁਹਾਨੂੰ ਉਸ ਦਿਨ ਵਾਪਸ ਆਉਣਾ ਪਊਗਾ ਐਂਡ ਜੋ ਵੀ ਤੁਹਾਨੂੰ ਪ੍ਰੋਵਾਈਡਿਡ ਅਪੋਇੰਟਮੈਂਟ ਡੇਟ ਹੋਊਗੀ ਉਸ ਦੇ ਅਕੋਰਡਿੰਗ ਤੁਹਾਨੂੰ ਫਿਰ ਤੋਂ ਬਾਰਡਰ 'ਤੇ ਜਾਣਾ ਪਊਗਾ ਟੂ ਗੈਟ ਦ ਸਰਵਿਸਿਸ ਫੋਰ ਯਰ ਐਪਲੀਕੇਸ਼ਨ। ਜੇ ਫਰਦਰ ਤੁਹਾਡੇ ਕੋਈ ਵੀ ਕੁਐਸਚਨਸ ਆ ਫੀਲ ਫਰੀ ਟੂ ਰੀਚ ਆਊਟ ਟੂ ਅਸ। ਟਿਲ ਦੈਨ ਗੁੱਡ ਲੱਕ ਐਂਡ ਟੇਕ ਕੇਅਰ।